जानवर ਅਸਲਾਮੁ ਅਲੈਕੁਮ ਰਹਿਮਤੁਲਾਹ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਨਾਜ਼ਰੀਨ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅਸੀਂ ਅੱਛੀ ਤੋਂ ਅੱਛੀ ਔਰ ਮਸ਼ਹੂਰ ਤੋਂ ਮਸ਼ਹੂਰ ਜਗ੍ਹਾ ਦੀ ਵੀਡੀਓ ਬਣਾ ਰਹੇ ਹਾਂ, ਅੱਜ ਵੀ ਇੱਕ ਮਸ਼ਹੂਰ ਜਗ੍ਹਾ 'ਤੇ ਆਏ ਹਾਂ ਜਾਂ ਪਾਕਿਸਤਾਨ ਦਾ ਬਹੁਤ ਹੀ ਖਾਸ ਹਿੱਸਾ ਮਰੀ। ਮਰੀ ਦੇ ਵਿੱਚ ਹੀ ਆਏ ਹਾਂ ਜੀ। ਮਰੀ ਤੋਂ ਹੀ ਜਾ ਰਹੇ ਹਾਂ ਮਾਲ ਰੋਡ, ਔਰ ਮਾਲ ਰੋਡ ਤੋਂ ਹੀ ਜਾਵਾਂਗੇ ਜੀ ਪਿੰਡੀ ਪੁਆਇੰਟ। ਪਿੰਡੀ ਪੁਆਇੰਟ ਦੀ ਬੜੀ ਖੂਬਸੂਰਤੀ ਹੈ ਔਰ ਬੜਾ ਮਸ਼ਹੂਰ ਵਿਊ ਹੈ। ਉੱਥੇ ਚੇਅਰ ਲਿਫਟ ਹੈ ਔਰ ਚੇਅਰ ਲਿਫਟ ਦਾ ਬੜਾ ਹੀ ਮਜ਼ਾ ਹੈ। ਨਾਲ ਅਸੀਂ ਆ ਗਏ ਜੀ ਮਾਲ ਰੋਡ 'ਤੇ। ਮਾਲ ਰੋਡ ਮਰੀ ਦਾ ਦਿਲ ਹੈ, ਪਾਕਿਸਤਾਨ ਦਾ ਦਿਲ ਮਰੀ ਹੈ ਔਰ ਮਰੀ ਦਾ ਦਿਲ ਮਾਲ ਰੋਡ ਹੈ। ਮਾਲ ਰੋਡ 'ਤੇ ਦਿਨ ਹੋਏ ਜਾਂ ਰਾਤ ਹੋਏ, ਰਸ਼ ਕਦੀ ਵੀ ਘੱਟ ਨਹੀਂ ਹੁੰਦਾ, ਚਾਹੇ ਸੀਜ਼ਨ ਹੈ ਜਾਂ ਗੈਰ ਸੀਜ਼ਨ ਹੈ, ਚਾਹੇ ਈਦ ਹੈ ਜਾਂ 14 ਅਗਸਤ ਹੈ, ਚਾਹੇ 10 ਮੁਹਰਮ ਹੈ, ਚਾਹੇ ਆਮ ਦਿਨ ਹੈ, ਲੇਕਿਨ ਰਸ਼ ਇੱਥੇ ਕਦੀ ਵੀ ਘੱਟ ਨਹੀਂ ਹੋਏਗਾ। ਅਤੇ ਚਲੀਏ ਜੀ ਅੱਗੇ, ਚੱਲਦੇ ਹਾਂ ਜੀ ਪਿੰਡੀ ਪੁਆਇੰਟ ਦੀ ਤਰਫ। ਮਾਲ ਰੋਡ ਤੋਂ ਗੱਡੀਆਂ ਮਿਲ ਜਾਂਦੀਆਂ ਜੀ, ਇਹ ਮਰੀ ਦੀਆਂ ਗੱਡੀਆਂ ਨੇ 100 ਰੁਪਇਆ ਟਿਕਟ ਜਾਣ ਦੀ ਹੈ ਅਤੇ 100 ਰੁਪਇਆ ਵਾਪਸ ਆਉਣ ਦੀ। ਅਤੇ ਪੈਦਲ ਜਾਈਏ ਤਾਂ ਪੈਦਲ ਦੇ ਬਹੁਤ ਹੀ ਜ਼ਿਆਦਾ ਮਜ਼ਾ ਹੈ, ਕਿਉਂਕਿ ਘੰਟਾ ਲੱਗ ਜਾਂਦਾ ਜਾਣ 'ਤੇ ਅਤੇ ਘੰਟਾ ਵਾਪਸ ਆਉਣ 'ਤੇ, ਖੂਬ ਇੰਜੋਏ ਹੁੰਦੀ ਹੈ, ਬੜਾ ਮਜ਼ਾ ਆਉਂਦਾ। ਲੇਕਿਨ ਗੱਡੀਆਂ ਦੇ ਉੱਤੇ ਜਿਹੜੇ ਲੋਕ ਪੈਦਲ ਨਹੀਂ ਚੱਲ ਸਕਦੇ ਉਹਨਾਂ ਵਾਸਤੇ ਗੱਡੀਆਂ ਦੀ ਸਹੂਲਤ ਹੈ। ਮਾਲ ਰੋਡ ਤੋਂ ਪਿੰਡੀ ਪੁਆਇੰਟ ਤੀਕਰ ਜਾਂਦਿਆਂ ਬੜੇ ਹੀ ਖੂਬਸੂਰਤ ਨਜ਼ਾਰੇ ਨੇ ਔਰ ਬੜਾ ਹੀ ਲੁਤਫ ਅੰਦੋਜ਼ ਬੰਦਾ ਹੁੰਦਾ। ਅਸੀਂ ਆ ਗਏ ਹਾਂ ਜੀ ਪਿੰਡੀ ਪੁਆਇੰਟ, ਇਹ ਬੁਕਿੰਗ ਆਫਿਸ ਹੈ। 1000 ਰੁਪਇਆ ਟਿਕਟ ਹੈ ਜੀ ਅਤੇ 3 ਕਿਲੋਮੀਟਰ ਦਾ ਸਫ਼ਰ ਹੈ ਜੀ ਆਉਣ ਜਾਣ ਦਾ, ਚੇਅਰ ਲਿਫਟ ਦਾ 3 ਕਿਲੋਮੀਟਰ ਸਫ਼ਰ ਹੈ ਆਉਣ ਜਾਣ ਦਾ। ਇਹਦੇ ਵਿੱਚ ਚੇਅਰ ਲਿਫਟ 'ਤੇ ਜਦੋਂ ਬਹਿਣਾ ਅਤੇ ਬੜੇ ਹੀ ਖੂਬਸੂਰਤ ਨਜ਼ਾਰੇ ਵੇਖਣ ਵਾਸਤੇ ਮਿਲਦੇ ਨੇ। ਇਹ ਜੀ ਚੇਅਰ ਲਿਫਟ ਦੇ ਥੱਲੇ ਆ ਹਿੱਸਾ, ਇੱਥੇ ਮੈਂ ਗਿਆ ਹਜੇ, ਇੱਥੋਂ ਵੇਖੋ ਜੀ ਚੇਅਰ ਲਿਫਟ ਕੈਸੀ ਨਜ਼ਰ ਆਉਂਦੀ ਹੈ, ਬੜੀ ਹੀ ਖੂਬਸੂਰਤ। ਸਾਰਾ ਜੀ ਚੇਅਰ ਲਿਫਟ ਗਾੜੇ, ਇਹ ਲੋਕ ਬੁਕਿੰਗ ਵਾਸਤੇ ਜਾ ਰਹੇ ਨੇ। ਇਹ ਚੇਅਰ ਲਿਫਟ ਚੱਲਦੀ ਹੈ ਜੀ ਪਈ, ਇਹ ਚੇਅਰ ਲਿਫਟ ਦੇ ਥੱਲੀ ਜਗ੍ਹਾ ਦੇ ਖਾਈ 'ਚ ਜਾ ਕੇ ਮੈਂ ਵੀਡੀਓ ਬਣਾ ਰਿਹਾ ਵਾਂ। ਬੜਾ ਖੂਬਸੂਰਤ ਨਜ਼ਾਰਾ ਜੀ, ਬੜਾ ਮਜ਼ਾ ਆਉਂਦਾ ਵੇਖਣ ਦਾ ਔਰ ਬਹਿਣ ਦਾ ਵੀ। ਇਹਦੀ ਥੱਲੀ ਸਾਈਡ 'ਤੇ ਵੀ ਲੋਕ ਬੜਾ ਇੰਜੋਏ ਕਰਦੇ ਨੇ। ਬਹੁਤ ਸਾਰੀਆਂ ਫੈਮਲੀਆਂ ਥੱਲੀ ਜਗ੍ਹਾ 'ਤੇ ਜਾ ਕੇ ਖਾਈ ਦੇ ਵਿੱਚ ਖਾਣਾ ਪਕਾਉਣਾ ਲੁਤਫ ਅੰਦੋਜ਼ ਲੋਕ ਹੁੰਦੇ ਨੇ ਔਰ ਬੜਾ ਹੀ ਇੰਜੋਏ ਕਰਦੇ ਨੇ। ਨਾਜ਼ਰੀਨ, ਅਸੀਂ ਆ ਗਏ ਹਾਂ ਜੀ ਪਿੰਡੀ ਪੁਆਇੰਟ ਚੇਅਰ ਲਿਫਟ 'ਤੇ। ਚੇਅਰ ਲਿਫਟ ਦੀ ਤੁਹਾਨੂੰ ਵੀਡੀਓ ਵੀ ਵਿਖਾਉਂਦੇ ਹਾਂ ਅਤੇ ਆ ਪਿੱਛੇ ਪਹਾੜੀਆਂ ਵੀ ਵਿਖਾਉਂਦੇ ਹਾਂ, ਬੜੇ ਜ਼ਬਰਦਸਤ ਪਹਾੜ ਨੇ ਔਰ ਮੇਰੇ ਪਿੱਛੇ ਵੇਖੋ ਵਿਊ ਕੈਸਾ, ਬਹੁਤ ਹੀ ਖੂਬਸੂਰਤ ਦਿਲਕਸ਼ ਨਜ਼ਾਰੇ, ਯਾਨੀ ਕਿ ਪਤਾ ਚੱਲਦਾ ਜੰਨਤ ਦਾ ਹਿੱਸਾ। ਆਹ ਵੇਖੋ ਬੜੀ ਖੂਬਸੂਰਤ ਲੋਕੇਸ਼ਨ, ਇਹ ਇੱਥੋਂ ਵੇਖੋ ਜੀ ਚੇਅਰ ਲਿਫਟ ਚੱਲਦੀ ਹੈ,
ਇੱਥੇ ਲਓ ਮੈਂ ਤੁਹਾਨੂੰ ਚੇਅਰ ਲਿਫਟ ਦੀ ਵੀਡੀਓ ਵੀ ਵਿਖਾਈ ਹੈ ਆਪ, ਤੁਹਾਨੂੰ ਮੈਂ ਪਿੰਡੀ ਪੁਆਇੰਟ ਦਾ ਬਾਜ਼ਾਰ ਵੀ ਵਿਖਾਉਣਾ ਕਿ ਬਾਜ਼ਾਰ ਕਿਸ ਤਰ੍ਹਾਂ ਦਾ। ਪਿੰਡੀ ਪੁਆਇੰਟ ਚੇਅਰ ਲਿਫਟ ਐਸੀ ਜਗ੍ਹਾ 'ਤੇ ਬਣੀ ਹੈ ਕਿ ਬੜੀ ਖਾਸ ਜਗ੍ਹਾ, ਔਰ ਜਦੋਂ ਚੇਅਰ ਲਿਫਟ 'ਤੇ ਬਹਿਦਾ ਅਤੇ ਦੋਵਾਂ ਪਾਸਿਓਂ ਵੇਖਣ ਵਾਸਤੇ ਬੜੇ ਹੀ ਹਸੀਨ ਨਜ਼ਾਰੇ ਮਿਲਦੇ ਨੇ। ਉਹ ਬੜੀ ਖਾਸ ਜਗ੍ਹਾ ਔਰ ਬੜਾ ਹੀ ਮਜ਼ਾ ਆਉਂਦਾ। ਔਰ ਜਿੰਨੀਆਂ ਵੀ ਫੈਮਲੀਆਂ ਮਰੀ ਦੇ ਵਿੱਚ ਆਉਂਦੀਆਂ ਨੇ, ਖਾਸ ਕਰਕੇ ਫੈਮਲੀ, ਉਹ ਹਰ ਬੰਦੇ ਦੀ ਹਰ ਜੀ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਚੇਅਰ ਲਿਫਟ 'ਤੇ ਜਾਈਏ। ਅਤੇ ਲੋਕ ਧੜਾ ਧੜ, ਯਾਨੀ ਕਿ ਗਰੋਹਾਂ ਦੇ ਗਰੋਹ, ਗਰੁੱਪਾਂ ਦੇ ਗਰੁੱਪ ਇਸ ਜਗ੍ਹਾ ਦੇ ਪਿੰਡੀ ਪੁਆਇੰਟ 'ਤੇ ਆ ਰਹੇ ਨੇ ਔਰ ਦਿਨ ਰਾਤ ਆਉਂਦੇ ਨੇ ਬਹੁਤ ਹੀ ਜ਼ਿਆਦਾ, ਕਿਉਂਕਿ ਬੜਾ ਮਜ਼ਾ ਆਉਂਦਾ। ਮਾਲ ਰੋਡ ਤੋਂ ਪਿੰਡੀ ਪੁਆਇੰਟ 'ਤੇ ਸਹੀ ਇੰਜੋਏ ਹੁੰਦਾ। ਇੱਕ ਤਾਂ ਬੰਦਾ ਚੱਲ ਕੇ ਆਉਂਦਾ, ਚੱਲ ਕੇ ਜਾਂਦਾ, ਕੋਈ ਕੁਛ ਲੋਕ ਗੱਡੀ 'ਤੇ ਬਹਿ ਕੇ ਆਉਂਦੇ ਨੇ, ਲੇਕਿਨ ਬੜਾ ਮਜ਼ਾ ਆਉਂਦਾ, ਬੜੀ ਇੰਜੋਏ ਹੁੰਦੀ ਹੈ। ਚੇਅਰ ਲਿਫਟ ਦੇ ਉੱਤੇ ਦੋਵਾਂ ਸਾਈਡਾਂ ਦੇ ਉੱਤੇ ਬੜੇ ਹਸੀਨ ਨਜ਼ਾਰੇ ਨੇ। ਅੱਗੇ 1.5 ਕਿਲੋਮੀਟਰ 'ਤੇ ਜਾ ਕੇ ਤੁਸੀਂ ਉੱਤਰ ਵੀ ਸਕਦੇ ਹੋ। ਜਿੱਥੇ ਦਾ ਮੋੜ ਕੱਟਿਆ ਜਾਂਦਾ ਚੇਅਰ ਲਿਫਟ ਦਾ, ਉੱਥੇ ਉਹਨਾਂ ਨੇ ਜਗ੍ਹਾ ਬਣਾਈ ਉਤਰਨ ਵਾਸਤੇ। ਤੁਸੀਂ ਉੱਤਰ ਕੇ ਉੱਥੇ ਜਿੰਨੀ ਦੇਰ ਮਰਜ਼ੀ ਸੈਰੋ ਤਫਰੀਹ ਕਰੋ, ਖਾਓ ਪੀਓ, ਦੁਕਾਨਾਂ ਵੀ ਬਣੀਆਂ ਨੇ ਉੱਥੋਂ। ਤੁਸੀਂ ਘੰਟੇ ਬਾਅਦ, 2 ਘੰਟੇ ਜਦੋਂ ਤੁਹਾਡਾ ਦਿਲ ਚਾਹੇ, ਤੁਸੀਂ ਫਿਰ ਉੱਥੋਂ ਬਹਿਣਾ ਅਤੇ ਵਾਪਸੀ ਤੁਸੀਂ 1.5 ਕਿਲੋਮੀਟਰ ਫਿਰ ਤੁਹਾਨੂੰ ਯਾਨੀ ਕਿ ਨਜ਼ਾਰੇ ਵੇਖਣ ਨੂੰ ਮਿਲਣਗੇ ਔਰ ਚੇਅਰ ਲਿਫਟ ਦਾ ਤੁਹਾਨੂੰ ਸਫ਼ਰ ਕਰਨ ਨੂੰ ਮਿਲੇਗਾ। ਇਹ 3 ਕਿਲੋਮੀਟਰ ਟੋਟਲ ਸਫ਼ਰ ਹੈ, 1.5 ਜਾਣ ਦਾ ਅਤੇ 1.5 ਵਾਪਸੀ ਆਉਣ ਦਾ। ਔਰ ਬੜਾ ਹੀ ਖੂਬਸੂਰਤ ਨਜ਼ਾਰੇ ਨੇ, ਔਰ ਬੜਾ ਹੀ ਮਜ਼ਾ ਆਉਂਦਾ ਚੇਅਰ ਲਿਫਟ ਦਾ, ਕਿਉਂਕਿ ਮਰੀ ਦੇ ਵਿੱਚ ਜਿਹੜਾ ਬੰਦਾ ਜਾਂਦਾ ਫੈਮਲੀ ਵਾਲਾ ਖਾਸ, ਉਹ ਚੇਅਰ ਲਿਫਟ ਤੋਂ ਬਗੈਰ ਵਾਪਸ ਨਹੀਂ ਆਉਂਦਾ। ਚੇਅਰ ਲਿਫਟ ਦਾ ਸਫ਼ਰ ਉਹਨੇ ਕਰਨਾ ਕਰਨਾ, ਕਿਉਂਕਿ ਬੜੀ ਖਾਸ ਚੀਜ਼ ਹੈ ਅਤੇ ਬੜਾ ਮਜ਼ਾ ਆਉਂਦਾ ਇਹਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹ ਹੈ ਜੀ ਪਿੰਡੀ ਪੁਆਇੰਟ ਦੀ ਖੂਬਸੂਰਤੀ। ਚੇਅਰ ਲਿਫਟ ਦੀ ਨੀਚੇ ਵਾਲੀ ਜਗ੍ਹਾ ਜੇ ਹੈ ਅਤੇ ਖੂਬਸੂਰਤੀ ਦੀ ਇੰਤਹਾ ਹੈ, ਦਿਲ ਖੁਸ਼ ਹੋ ਜਾਂਦਾ। ਮਰੀ ਦੇ ਵਿੱਚ ਲੋਕ ਖਾਲੀ ਪਾਕਿਸਤਾਨ ਤੋਂ ਸੈਰ ਕਰਨ ਨਹੀਂ ਆਉਂਦੇ, ਪੂਰੀ ਦੁਨੀਆ ਤੋਂ ਸੈਰ ਕਰਨ ਵਾਸਤੇ ਆਉਂਦੇ ਨੇ, ਕਿਉਂਕਿ ਮਰੀ ਜਿਹੜਾ ਇਹ ਪੂਰੀ ਦੁਨੀਆ ਦੇ ਉੱਤੇ ਇਹਦਾ ਨਾਂ ਹੈ, ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਅਤੇ ਬੜੇ ਹੀ ਖੂਬਸੂਰਤ ਨਜ਼ਾਰੇ ਨੇ ਇੱਥੇ, ਕਿਉਂਕਿ ਇਹ ਲੋਕ ਜਦੋਂ ਵੇਖਦੇ ਨੇ ਬਾਹਰ ਦੇ ਮੁਲਕਾਂ ਦੇ ਯੂਟਿਊਬ 'ਤੇ, ਅਤੇ ਉਹਨਾਂ ਦੀ ਵੀ ਖਾਹਿਸ਼ ਹੁੰਦੀ ਹੈ ਕਿ ਅਸੀਂ ਜਾ ਕੇ ਮਰੀ ਵੇਖੀਏ। ਅਤੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹ ਵੀ ਚੇਅਰ ਲਿਫਟ ਦੀ ਜ਼ਰੂਰ ਸੈਰ ਕਰਦੇ ਨੇ। ਤੁਹਾਨੂੰ ਵੇਖਣ ਦਾ ਇੰਨਾ ਮਜ਼ਾ ਆ ਰਿਹਾ, ਜਿਹੜੇ ਬੰਦੇ ਜਨਾਬ ਤੁਸੀਂ ਸੋਚੋ ਜਿਹੜੇ ਉੱਥੇ ਜਾ ਕੇ ਸੈਰੋ ਤਫਰੀਹ ਕਰਦੇ ਨੇ, ਚੇਅਰ ਲਿਫਟ ਦੇ ਉੱਤੇ ਸਫ਼ਰ ਕਰਦੇ ਨੇ, ਪਿੰਡੀ ਪੁਆਇੰਟ ਨੂੰ ਵੇਖਦੇ ਨੇ, ਉਹ ਕਿੰਨੇ ਲੁਤਫ ਅੰਦੋਜ਼ ਹੁੰਦੇ ਹੋਣਗੇ। ਬਹੁਤ ਹੀ ਕਮਾਲ ਦੀ ਜਗ੍ਹਾ। ਪਿੰਡੀ ਪੁਆਇੰਟ ਦਾ ਨਾਂ ਇਸ ਲਈ ਪਿੰਡੀ ਪੁਆਇੰਟ ਰੱਖਿਆ ਗਿਆ ਕਿ ਇੱਥੋਂ ਪਿੰਡੀ ਦੀ ਆਬਾਦੀ ਨਜ਼ਰ ਆਉਂਦੀ ਹੈ, ਇਹਦਾ ਇਹ ਮਕਸਦ ਹੈ। ਇਸ ਵਜ੍ਹਾ ਤੋਂ ਇਹਦਾ ਨਾਂ ਪਿੰਡੀ ਪੁਆਇੰਟ ਰੱਖਿਆ ਗਿਆ। ਇਹ ਜੀ ਪਿੰਡੀ ਪੁਆਇੰਟ ਦਾ ਬਾਜ਼ਾਰ ਹੈ, ਚੇਅਰ ਲਿਫਟ ਦੀ ਉਤਲੀ ਸਾਈਡ ਦੇ ਉੱਤੇ ਹੋਇਆ ਜੀ। ਪਹਿਲਾਂ ਬਾਜ਼ਾਰ ਆਏਗਾ, ਫਿਰ ਚੇਅਰ ਲਿਫਟ 'ਤੇ ਹੀ ਜਾਣਾ। ਅਸੀਂ ਵਾਪਸੀ 'ਤੇ ਆਏ ਹਾਂ, ਇੱਥੋਂ ਕਾਫ਼ੀ ਦੁਕਾਨਾਂ ਨੇ ਸ਼ਾਪਿੰਗ ਵਾਸਤੇ, ਕਿਉਂਕਿ ਆਵਾਮ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਇੱਥੇ, ਅਤੇ ਇਸ ਲਈ ਉਹਨਾਂ ਨੇ ਦੁਕਾਨਾਂ ਵੀ ਬਣਾਈਆਂ ਨੇ, ਕਿਸੇ ਨੂੰ ਵੀ ਕੋਈ ਚੀਜ਼ ਪਸੰਦ ਆ ਸਕਦੀ। ਇਸ ਲਈ ਦੁਕਾਨਾਂ ਬਹੁਤ ਜ਼ਿਆਦਾ ਨੇ, ਇਹ ਚਸ਼ਮੇ ਦੀਆਂ ਦੁਕਾਨਾਂ ਨੇ, ਇਸ ਲਈ ਉਹਨਾਂ ਨੇ ਇੱਥੇ ਜਿਹਾ ਬਾਜ਼ਾਰ ਬਣਾਇਆ। ਇੱਥੇ ਆ ਘੋੜੇ ਵੀ ਮਿਲ ਜਾਂਦੇ ਨੇ ਸਵਾਰੀ ਕਰਨ ਵਾਸਤੇ, ਜਿਨ੍ਹਾਂ ਨੂੰ ਸ਼ੌਕ ਹੈ ਉਹ ਘੋੜਾ ਸਵਾਰੀ ਵੀ ਕਰਦੇ ਨੇ। ਇਹਦੀ ਵੀ 150 ਰੁਪਇਆ ਟਿਕਟ ਹੈ ਜੀ। ਲੋਕ ਬੜਾ ਲੁਤਫ ਅੰਦੋਜ਼ ਹੁੰਦੇ ਨੇ ਇੱਥੇ ਆ ਕੇ। ਪਿੰਡੀ ਪੁਆਇੰਟ ਬਹੁਤ ਹੀ ਮਸ਼ਹੂਰ ਜਗ੍ਹਾ ਮਰੀ ਦੇ ਵਿੱਚ।
ਤੇ ਬੜੀ ਖਾਸ ਜਗ੍ਹਾ ਹੈ। ਵੇਖੋ ਕੁਛ ਲੋਕ ਫੈਮਲੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ। ਸਾਰਾ ਬਾਜ਼ਾਰ ਹੈ ਜੀ, ਖਾਣ ਪੀਣ ਵਾਸਤੇ ਵੀ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਔਰ ਸ਼ਾਪਿੰਗ ਵਾਸਤੇ ਵੀ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਇੱਥੋਂ। ਬੱਚਿਆਂ ਦੀ ਸਵਾਰੀ ਵਾਸਤੇ ਆ ਛੋਟੀਆਂ ਗੱਡੀਆਂ ਵੀ ਬਣੀਆਂ ਨੇ। ਦੇਖੋ ਜੀ ਬੱਚੇ ਬੜੇ ਮਜ਼ਾ ਲੈਂਦੇ ਨੇ ਇੱਥੇ। ਦੇਖੋ ਘੋੜਾ ਸਵਾਰੀ ਹੋ ਰਹੀ ਹੈ। ਦੂਸਰੀ ਚੀਜ਼ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸਣ ਲਿਆ ਹਾਂ ਕਿ ਪਿੰਡੀ ਪੁਆਇੰਟ ਦੇ ਵਿੱਚ ਬੜੀਆਂ ਖਾਸ ਜਗ੍ਹਾ ਨੇ ਜਿਹੜੀਆਂ ਵੇਖ ਕੇ ਦਿਲ ਖੁਸ਼ ਹੋ ਜਾਂਦਾ। ਉਹਨਾਂ ਵਿੱਚ ਇੱਕ ਇਹ ਵੀ ਚੀਜ਼ ਵੇਖੋ ਜੀ, ਖਾਈਆਂ ਨੇ ਇੱਥੇ ਉਹ ਸੜਕ ਤੋਂ ਖਲੋ ਕੇ ਜਦੋਂ ਖਾਈਆਂ ਦੀ ਤਰਫ ਵੇਖੀਦਾ, ਆਬਾਦੀਆਂ ਦੀ ਤਰਫ ਵੇਖੀਦਾ, ਅਤੇ ਮੈਂ ਕਹਿੰਦਾ ਜੀ ਕਮਾਲ ਹੋ ਜਾਂਦੀ ਹੈ। ਬੰਦਾ ਕਹਿੰਦਾ ਕਿ ਮੇਰੇ ਪੈਸੇ ਹੀ ਪੂਰੇ ਹੋ ਗਏ ਨੇ। ਇਹ ਚੀਜ਼ਾਂ ਜਦੋਂ ਬੰਦਾ ਵੇਖਦਾ ਨਾ ਸੜਕ ਦੇ ਉੱਤੇ ਖਲੋ ਕੇ, ਇਹ ਚੀਜ਼ਾਂ ਪਿੰਡੀ ਪੁਆਇੰਟ 'ਤੇ ਤੁਹਾਨੂੰ ਬਹੁਤ ਜ਼ਿਆਦਾ ਮਿਲਣਗੀਆਂ। ਸੜਕ 'ਤੇ ਖਲੋ ਕੇ ਜਦੋਂ ਥੱਲੇ ਨੂੰ ਨਜ਼ਰ ਚੱਲਦੀ ਹੈ ਅਤੇ ਕਮਾਲ ਹੋ ਜਾਂਦਾ, ਦਿਲ ਖੁਸ਼ ਹੋ ਜਾਂਦਾ। ਇਹ ਚੀਜ਼ਾਂ ਪਿੰਡੀ ਪੁਆਇੰਟ ਦੇ ਵਿੱਚ ਬਹੁਤ ਹੀ ਜ਼ਿਆਦਾ ਨੇ। ਇਹ ਉਸ ਤੋਂ ਅਗਲਾ ਬਾਜ਼ਾਰ ਹੈ ਜੀ ਪਿੰਡੀ ਪੁਆਇੰਟ ਦਾ। ਲੋਕ ਵੇਖੋ ਕਿਸ ਤਰ੍ਹਾਂ ਘੁੰਮ ਫਿਰ ਰਹੇ ਨੇ ਜਨਾਬ, ਸੈਰੋ ਤਫਰੀ ਕਰ ਰਹੇ ਨੇ, ਇੰਜੋਏ ਕਰ ਰਹੇ ਨੇ ਬੈਠ ਕੇ। ਦੇਖਿਆ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਿਹਾ ਹਾਂ ਕਿ ਸੜਕ ਤੋਂ ਖਲੋ ਕੇ ਖਾਈ ਦੀ ਤਰਫ ਆਬਾਦੀਆਂ ਵੱਲ ਜਦੋਂ ਨਜ਼ਰ ਪੈਂਦੀ ਹੈ ਤਾਂ ਬੜਾ ਹੀ ਮਜ਼ਾ ਆਉਂਦਾ। ਇਹ ਚੀਜ਼ਾਂ ਬੰਦਾ ਵਾਪਸ ਆਪਣੇ ਘਰ ਆ ਕੇ ਮਿਸ ਕਰਦਾ ਇਹਨਾਂ ਚੀਜ਼ਾਂ ਨੂੰ। ਬਹੁਤ ਹੀ ਖੂਬਸੂਰਤੀ ਹੈ ਜੀ ਪਿੰਡੀ ਪੁਆਇੰਟ ਦੀ। ਉਹ ਸਪੈਸ਼ਲ ਲੋਕ ਜਾਂਦੇ ਨੇ ਮਾਲ ਰੋਡ ਤੋਂ ਪਿੰਡੀ ਪੁਆਇੰਟ ਦੀ ਸੈਰ ਕਰਨ ਵਾਸਤੇ, ਕਿਉਂਕਿ ਸਭ ਤੋਂ ਜ਼ਿਆਦਾ ਹੋਟਲ ਜਿਹੜੇ ਨੇ ਉਹ ਮਾਲ ਰੋਡ 'ਤੇ ਨੇ। ਲੋਕ ਮਾਲ ਰੋਡ 'ਤੇ ਰਹਿਣਾ ਪਸੰਦ ਕਰਦੇ ਨੇ ਅਤੇ ਉੱਥੋਂ ਫਿਰ ਚੱਲ ਕੇ ਦੂਸਰੀਆਂ ਸਾਈਡਾਂ ਦੀ ਸੈਰਾਂ ਕਰਦੇ ਨੇ। ਫਿਰ ਵਾਪਸੀ, ਕਿਉਂਕਿ ਕਮਰਾ ਉੱਥੇ ਹੁੰਦਾ ਅਤੇ ਵਾਪਸੀ ਉਹਨਾਂ ਨੇ ਮਾਲ ਰੋਡ 'ਤੇ ਜਾਣਾ ਹੁੰਦਾ। ਅਤੇ ਨਾਲ ਉਮੀਦ ਹੈ ਕਿ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਇਸਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਿਓ। ਅੱਲਾਹ ਹਾਫਿਜ਼।